بسم الله الرحمن الرحيم الحمد لله الذي جل وعلا وبعد فلا يرى وكربا فشاهد نجوى مالك الملك ودبره تدبيرا صلوا ਕਿਉਂ ਚੁੱਪ ਦੀਆਂ ਮੋਰਾਂ ਲੱਗ ਗਈਆਂ ਨੀ ਕੋਈ ਇੰਤਜ਼ਾਰ ਨਹੀਂ ਕਰਵਾਇਆ ਬਿਸਮਿਲ੍ਲਾ ਕਿਬਲਾ ਸਾਹਿਬ ਦਾ ਹੁਕਮ ਵਾਦਾ ਵਫਾ ਖੁਤਬੇ ਦੇ ਬਾਅਦ ਆਦਤ ਨਹੀਂ ਇਬਾਦਤ ਅੰਦਰੋਂ ਬਾਈ ਪੜਦਾ ਰਹਾ ਨਾ ਲਫ਼ਜ਼ ਆਖਿਆ ਕਿਉਂ ਚੁੱਪ ਦੀਆਂ ਮੋਹਰਾਂ ਬੋਲੋ ਲੱਗ ਗਈਆਂ ਨੀ ਕਿਸ ਟਾਈਮ ਦੀ ਗੱਲ ਪਿਆ ਕਰਦਾ ਕੂਫੇ ਦਾ ਬਾਜ਼ਾਰ ਇੱਕ ਦੁਕਾਨਦਾਰ ਨਾਮੀ ਸੰਤ ਮਾਰੇ ਖਜੂਰਾਂ ਦਾ ਵਪਾਰ ਅਲੀ ਨਾਲ ਵੱਡਾ ਪਿਆਰੇ ਇਹ ਹੱਥ ਜ਼ਰੀਏ ਹੁਸੈਨ ਨਾਲ ਮਾਸ ਹੋ ਜਾਵਾਂ ਜੀ ਹਿਕੜੀ ਆਕਾ ਇਲੀਅਨ ਮਿਸਮ ਜੀ ਮੌਲਾ ਜੀ ਆਕਾ ਅੱਜ ਤੂੰ ਘਰ ਵੰਜ ਤੇਰੀਆਂ ਖਜੂਰਾਂ ਅਲੀ ਵਿੱਚ ਸੀ ਲਜਪਾਲੀ ਤੋਂ ਸਦਕੇ ਜਾਵਾਂ ਜਨਾਬੇ ਮੀਸਮ ਘਰ ਲੱਗੇ ਕੇ ਇਹਨੂੰ ਮੁਕਰੂ ਆਇਆ ਮੁਕਰੂ ਖੋਟਾ ਦਿਨਾਰ ਲੈ ਕੇ ਆਦਾ ਯਾ ਅਲੀ ਇਸ ਦਿਨਾਰ ਦੀਆਂ ਖਜੂਰਾਂ ਦਿਓ ਮਿੰਬਰ ਦੀ ਇੱਜ਼ਤ ਦੀ ਕਸਮ ਯਾ ਅਲੀ ਦਿਨਾਰ ਦੇ ਪਾਸੇ ਵੇਖੇ ਨਹੀਂ ਆਖਿਆ ਦਿਨਾਰ ਰੱਖ ਖਜੂਰਾਂ ਸਿਹਤਮੰਦ ਜੇ ਦਾਣੇ ਚੈਨ ਸੁਚੈਂਦਾ ਵੇਂਦਾ ਵਾਹ ਯਾ ਅਲੀ ਬਿਸਮਿਲ੍ਲਾ ਬੜੇ ਸਲੂਨੀ ਸਲੂਨੀ ਦੇ ਦਾਵੇ ਨੀ ਅੱਜ ਪਤਾ ਨੀ ਲੱਗਿਆ ਖੋਟੇ ਦਿਨਾਰ ਦੀਆਂ ਖਜੂਰਾਂ ਦਿੱਤੀਆਂ ਖਜੂਰਾਂ ਆਪਸ ਚ ਗੱਲ ਸੁਣ ਮੀਟਿੰਗ ਕੀਤੀ ਹੈ ਮੁਨਕਰ ਅਲੀਏ ਸਜ਼ਾ ਜ਼ਰੂਰ ਦੇਵਣ ਘਰ ਦੇ ਬਾਹਰ ਖਲੋ ਕੇ ਸਿਹਤਮੰਦ ਜੇ ਦਾਣਾ ਮੂੰਹ ਚ ਪਾਇਆ ਏ ਇੱਥਾ ਕੇ ਬਰੇਕ ਹੋ ਗਿਆ ਨਾ ਅੱਗੇ ਨਾ ਪਿੱਛੇ ਜਿਸਮ ਚ ਲਰਜ਼ਾ ਕਪ ਕਪੀ ਰੰਗ ਪੀਲਾ ਮੁਸ਼ਕਲ ਕੁਸ਼ਾਈ ਵਾਸਤੇ ਘਰ ਦੇ ਅੰਦਰ ਦਾਖਲ ਯਾਦ ਰਵੇ ਬੇਗਮ ਮੋਮਨਾ ਹੈ ਬੋਲਤਾ ਸਕਦਾ ਨਾ ਇਸ਼ਾਰਾ ਪਿਆ ਕਰਦਾ ਇਸ਼ਾਰਾ ਇਸ ਦੀ ਬੇਗਮ ਇਸ ਦੇ ਪਾਸੇ ਦੇਖਿਆ ਦੀ ਕਿਉਂ ਚੁੱਪ ਦੀਆਂ ਮੋਰਾਂ ਲੱਗ ਗਈਆਂ ਪਿਆ ਕਰਨਾ ਅਜਾ ਬਿਸ਼ਾਰੇ ਅਜ਼ਮੈਸ਼ ਅਲੀ ਦੀ ਕਰਨ ਗਿਆ ਬਦਬਖਤਾਂ ਦਾ ਸਰਦਾਰ ਤੇ ਜਿਹੜਾ ਯਾਰੀ ਸਿੱਧੇ ਫਰਿਸ਼ ਦੇ ਹਾਲ ਦੱਸੇ ਤੈ ਕੀਤਾ ਹੁੰਦਾ ਇਨਕਾਰੇ
ਜਿਹੜਾ ਭੁਗਜਲੇ ਦੇ ਨਾਲ ਰੱਖੇ ਓ ਲਾਨਤ ਦਾ ਕਸੀਦੇ ਚ ਦੋ ਬੰਦ ਪੜ੍ਹ ਕੇ ਮੈਂ ਛੋੜ ਰਿਹਾ ਮੈਂਬਰ ਕਿਉਂਕਿ ਟਾਈਮ ਜ਼ਾਕਰੀਨ ਦੀ ਤਾਦਾਦ ਜ਼ਿਆਦਾ ਕਸਰਤ ਜ਼ਿਆਦਾ ਇੱਕ ਸਲਵਾਰ ਸਾਰੇ ਸੁਭਾਨ ਖੁਤਬਾ ਫਾਤਿਹ ਸ਼ਾਮ ਦੇ ਤਵੱਜੋ ਸ਼ਰਤ ਸ਼ਹਿਰ ਦਾ ਹੋਣਾ ਜੁਰਮ ਨਹੀਂ ਮੁਨਕਰ ਅਲੀ ਹੋਣਾ ਜੁਰਮ ਬਸ ਜਲਦੀ ਦੇ ਨਾਲ ਆਪਣਾ ਮਜ਼ਮੂਨ ਸਮੇਟਾਂ ਅਲੀ ਕੀ ਬੇਟੀ ਹੂੰ ਖੁਤਬਾ ਸੁਣਾਨੇ ਆਈ ਹੂੰ ਥੋੜਾ ਜਾਗੇ ਜੀ ਅਲੀ ਕੀ ਬੇਟੀ ਹੂੰ ਖੁਤਬਾ ਸੁਣਾਨੇ ਆਈ ਹੂੰ ਅਲੀ ਕੀ ਬੇਟੀ ਅਲੀ ਨੂੰ ਵਲੀਉੱਲਾਹ ਜੀ ਰੋਜ਼ ਨਾਲ ਬੋਲੋ ਹਾਂ ਅਲੀ ਇੰਜ ਨਹੀਂ ਫਲਕ ਛਕਾ ਬਹਾਂ ਅਲੀ ਕੀ ਬੇਟੀ ਹੂੰ ਖੁਤਬਾ ਸੁਣਾਨੇ ਆਈ ਹੂੰ ਸਮਝ ਆ ਰਹੀ ਹੈ ਹੱਥ ਖੋਲ ਲਾ ਲੈ ਹੱਥ ਖੋਲ ਹੱਥ ਖੋਲ ਸੁਣਾਨੇ ਆਈ ਹੂੰ ਪਹਿਲਾ ਸ਼ੇਰ ਪਤਾ ਲੱਗੇ ਕਿਤਨੇ ਬੰਦੇ ਹਾਜ਼ਰ ਬੈਠੇ ਐਲਾਨਤੀ ਬਾਰ ਬਾਰ ਆਖਿਆ ਮੈਂ ਫਾਤਿਆਂ ਆਖੋ ਬੇਸ਼ੁਮਾਰ ਮੈਂ ਫਾਤਿਆਂ ਬੀਬੀ ਦੇ ਚਿਹਰੇ ਤੇ ਜਲਾਲ ਆਏ ਇਸ ਦੇ ਪਾਸ ਡੇ ਕਿੰਜ ਦੀ ਗੱਲ ਕੀਤੀ ਏ ਅਗਰ ਤੂੰ ਫਾਤੇ ਹੈ ਕਈ ਬਲ ਤੋ ਰੋਕ ਲੈ ਮੁਝੀ ਕੋ ਅਗਰ ਤੂੰ ਫਾਤੇ ਹੈ ਕਈ ਬਲ ਤੋ ਰੋਕ ਲੈ ਮੁਝੇ ਕੋ ਅਲਮ ਅਬਾਸ ਕਾ ਘਰ ਗਈ ਦੂਸਰਾ ਸ਼ੇਰ ਸੁਣਾਨੇ ਆਈ ਹੂੰ ਅਲੀ ਕੀ ਬੇਟੀ ਹੂੰ ਖੁਤਬਾ ਸੁਣਾ ਪੜੀਏ ਸ਼ੇਰ ਜੀ ਪੜੀਏ ਸ਼ੇਰ ਇੱਕ ਮਹੀਨੀ ਮਾਂ ਦਾ ਬੱਚਾ ਬਾਰ ਬਾਰ ਆਦੇ ਮੈਂ ਫਾਤਿਆਂ ਮੈਂ ਫਾਤਿਆਂ ਮੈਂ ਫਾਤਿਆਂ ਬੀਬੀ ਆਖਿਆ ਅਗਰ ਤੂੰ ਫਾਤਿਆਂ ਤੇ ਯਾਹੀਆ ਨਬੀ ਦੀ ਕਬਰ ਏ ਅਗਰ ਇਹ ਉੱਠ ਕੇ ਆ ਕੇ ਫਿਰ ਮੰਨਦਾ ਹੈ ਬੀਬੀ ਦੇ ਲਫ਼ਜ਼ ਮੁੱਕੇ ਨਹੀਂ ਯਾਹੀਆ ਨਬੀ ਆਖਿਆ ਬੀਬੀ ਤੂੰ ਸਹੀ ਸੱਚੇ ਤੁਹਾਡਾ ਬਾਬਾ ਹੀ ਸੱਚਾ ਤੁਹਾਡਾ ਨਾਨਾ ਹੀ ਸੱਚਾ ਬੀਬੀ ਦੇ ਚਿਹਰੇ ਤੇ ਜ਼ੁਲ ਜਲਾਲ ਅਲਾ ਜਲਾਲ ਹੈ ਇਸ ਕਮੀਨੇ ਦੇ ਪਾਸੇ ਲੈ ਕੇ ਜਿਹੜੀ ਗੱਲ ਕੀਤੀ ਏ ਅਗਰ ਮੈਂ ਚਾਹੂੰ ਤੋ ਆਪਾ ਸੇ ਜ਼ਿੰਦਾ ਹੋ ਜਾ
ਸਾਰੇ 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 ਬੀਬੀ ਦੇ ਚਿਹਰੇ ਤੇ ਜਲਾ ਲੈ ਤੇ ਜਿਹੜੀ ਗੱਲ ਕੀਤੀ ਏ ਅਗਰ ਮੈਂ ਚਾਹੂੰ ਤੋਬਾ ਸੇ ਜ਼ਿੰਦਾ ਹੋ ਜਾਏ ਹਰ ਤਿਆਜ ਮੈਂ ਆਪਣੇ ਤਸ਼ਰੀਫ ਫਰਮਾਇਨ ਮਹਿਮਾਨ ਨੇ ਸੈਯਦਨ ਜ਼ਿਆਦਾ ਇੰਤਜ਼ਾਰ ਨੇ ਤਬਰਕਨ ਦੋ ਬੰਦ ਕਦਰ ਨਬੀ ਦਾ ਕੀ ਜਨ ਬੱਲਾ ਵੇ ਜਿਨਾ ਹੈ ਕੀ ਤੇ ਦੁਨੀਆ ਦਾਰੇ ਕਮੀ ਨੇ ਕਦਰ ਨਬੀ ਦਾ ਓ ਕੀ ਜਨ ਹੈ ਜਿਨ੍ਹਾਂ ਪਾਕ ਬਤੂਲ ਰਵਾਈ ਓ ਚੁਣ ਸਨਦ ਦੇ ਪੁਰਦੇ ਮਸਜਿਦ ਚੋਂ ਬੀਬੀ ਉੱਠਦੇ ਬਾਂਦੇ ਭੱਲਾ ਵੇ ਜਿਨ੍ਹਾਂ ਹਾਏ ਕੀਤੀ ਏ ਭੱਲਾ ਵੇ ਭੱਲਾ ਵੇ ਕਦਰ ਨਬੀ ਦਾ ਜ਼ੈਨਬ ਗੀਤੇ ਹੈ ਜੈ ਚਾਦਰ ਵੇਲ ਕਰਾਈ ਪਰਦਾ ਕਦਰ ਨਬੀ ਦਾ ਹੁਸੈਨ ਨੇ ਕੀਤੇ ਜੈ ਕਰਬਲ ਝੋਗਾ ਜਿੰਦੀ ਨਿੱਕੀ ਜੀ ਦੀਆ ਦੀਏ ਨਵਾ ਮੈਂ ਆਪ ਤੁਰ ਲਾ ਦੇਨੀਆ ਬੱਲਾ ਵਿੱਚ ਨਾ ਹੈ ਕੀਤੀ ਬਸ ਦੋ ਬੰਦ ਪੜਨੇ ਬਜ਼ੁਰਗਾਂ ਦੇ ਬੰਦ ਯਾਦ ਆ ਗਏ ਤਬਰਕਨ ਕਿਸੇ ਦਾ ਹੰਜ ਆ ਜਾਵੇ ਮੇਰੇ ਆਣ ਦਾ ਮਕਸਦ ਪੂਰਾ ਹੋ ਜਾ ਬੇਸ਼ੱਕ ਯਾਕੂਬ ਵੀ ਬੇਸ਼ੱਕ ਯਾਕੂਬ ਵੀ ਬਹੁਰ ਨਾਏ ਹਾਏ ਯੂਕੁਰਤ ਦਾ ਨੀਰ ਨਹੀਂ ਆਇਆ ਵਾਦ ਯਕੂਬ ਦੇ ਉਮਤੀਆਂ ਹੈ ਵੋ ਸੋ ਰੱਬ ਦੀ ਆਉਂਦੀ ਥੀ ਤੇ ਆ ਹੱਥ ਨਾਏ ਬਿਸਮਿਲਲਾ ਭੱਲਾ ਹੋਵੇ ਭੱਲਾ ਹੋਵੇ ਪੁੱਛ ਮੁਸਲਮਾਨਾਂ ਤੋਂ ਕਿਉਂ ਰਸੂਲ ਦੀਦੀ ਕੋ ਕਿਉਂ ਵਿੱਚ ਦਰਬਾਰ ਖੜਾਇਆ ਜੇ ਤਾਈ ਜਿੰਦੀ ਰਹੀ ਮਾਂ ਆਲੀ ਅਦੀ ਨਹੀਂ ਹੱਥ ਪਾਸੇ ਤਾਂ ਚਾਇਆ